ਮੈਂ ਸਮਝਦਾ ਕਿ ਬਹੁਤ ਹੀ ਇਹ ਦੁਖਦਾਈ ਘਟਨਾ ਵਾਪਰੀ ਹੈ ਅਤੇ ਕਿਸੇ ਵੀ ਜਿਹੜਾ ਹੈ ਸ਼ਰਾਰਤੀ ਅਨਸਰ ਨੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਹੈ ਔਰ ਜੋ ਅੱਗ ਲਾਈ ਗਈ ਹੈ ਗੁਰੂ ਮਹਾਰਾਜ ਸਰੂਪ ਨੂੰ ਇੱਥੇ ਅੱਗ ਲਾ ਕੇ ਉਹ ਬੇਅਦਬੀ ਕੀਤੀ ਗਈ ਹੈ ਮੈਂ ਇਹਦੀ ਬਹੁਤ ਹੀ ਕਰੜੇ ਸ਼ਬਦਾਂ ਵਿੱਚ ਨਿੰਦਿਆ ਕਰਦਾ ਔਰ ਮੈਂ ਸਰਕਾਰ ਵੱਲੋਂ ਇਹ ਮੰਗ ਕਰਦਾ ਬੜੀ ਸਖਤੀ ਨਾਲ ਇਹਦੇ ਸਖਤੀ ਪੇਸ਼ ਆਵੇ ਕਿਉਂਕਿ ਸਾਡੀਆਂ ਘਟਨਾਵਾਂ ਦਿਨ ਲਗਾਤਾਰ ਰੋਜ਼ ਦੋ ਚਾਰ ਦਿਨਾਂ ਬਾਅਦ ਕੋਈ ਨਾ ਕੋਈ ਪੰਜਾਬ ਦੇ ਵਿੱਚ ਲਗਾਤਾਰ ਚੱਲ ਰਹੀਆਂ ਬੇਅਦਬੀ ਦੀਆਂ ਸੋ ਸਰਕਾਰ ਨੂੰ ਮੈਂ ਸਮਝਦਾ ਕਿ ਇਹਦੇ 'ਤੇ ਇੱਕ ਸਖਤ ਐਕਸ਼ਨ ਲੈਣਾ ਚਾਹੀਦਾ ਔਰ ਜਿਹੜਾ ਵੀ ਦੋਸ਼ੀ ਹੈ ਉਹਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਤਾਂ ਕਿ ਸਾਡੀਆਂ ਬੇਅਦਬੀ ਦੀਆਂ ਘਟਨਾਵਾਂ ਦੀ ਜਿਹੜੀ ਕੋਈ ਠੱਲ ਪਾਈ ਜਾ ਸਕੇ ਇਹ ਰੋਜ਼ਾਨਾ ਹੋ ਰਹੀਆਂ ਨੇ ਇਹ ਬਹੁਤ ਹੀ ਦੁਖਦਾਈ ਹੈ ਹਰ ਨਾਨਕ ਨਾਮ ਲੇਵਾ ਗੁਰਸਿੱਖ ਨੂੰ ਇਹਦੀ ਬਹੁਤ ਵੱਡੀ ਮਨ ਦੇ ਵਿੱਚ ਠੇਚ ਪਹੁੰਚਦੀ ਹੈ ਸੋ ਮੈਂ ਸਰਕਾਰ ਤੋਂ ਮੰਗ ਕਰਦਾ ਕਿ ਇਹਦੀ ਜਲਦ ਤੋਂ ਜਲਦੀ ਦੋਸ਼ੀ ਪਕੜ ਕੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦੇ ਸੀਸੀਟੀਵੀ ਹਰ ਗੁਰਦੁਆਰਾ ਘਰ ਦੇ ਵਿੱਚ ਜ਼ਰੂਰੀ ਕੀਤੇ ਗਏ ਸੀ ਪਰ ਇਹਦੇ ਸੀਸੀਟੀਵੀ ਜਿਹੜੇ ਕਈ ਦਿਨਾਂ ਤੋਂ ਲਗਾਤਾਰ ਬੰਦ ਆ ਰਹੇ ਨੇ ਕਿਉਂਕਿ ਜੇ ਸੀਸੀਟੀਵੀ ਲੱਗੇ ਹੁੰਦੇ ਤਾਂ ਸ਼ਾਇਦ ਘਟਨਾ ਬਾਰੇ ਪਤਾ ਲੱਗਦਾ ਕਿੰਨੇ ਸੋ ਇਹਦੇ ਚੰਨ ਗੱਲ ਹੀ ਨਹੀਂ ਕਰਨੀ ਚਾਹੀਦੀ ਵਾਰ ਵਾਰ ਅਸੀਂ ਕਹਿ ਰਹੇ ਹਾਂ ਕਿ ਸੀਸੀਟੀਵੀ ਲਾਓ ਅਤੇ ਇਹਦਾ ਪੂਰਾ ਧਿਆਨ ਨਿਗਰਾਨੀ ਰੱਖੋ ਸਾਰਿਆਂ ਨੂੰ ਨਿਗਰਾਨੀ ਰੱਖਣੀ ਚਾਹੀਦੀ ਹੈ ਸਾਰਿਆਂ ਦਾ ਫਰਜ਼ ਬਣਦਾ ਭਾਵੇਂ ਕਮੇਟੀ ਹੈ ਭਾਵੇਂ ਜਿਹੜੇ ਵੀ ਕੋਈ ਸੇਵਾਦਾਰ ਨੇ ਜਾਂ ਸੁਗੰਧੀ ਸਿੰਘ ਨੂੰ ਸਾਰਿਆਂ ਨੂੰ ਨਿਗਰਾਨੀ ਰੱਖਣੀ ਚਾਹੀਦੀ ਹੈ ਸਾਰਿਆਂ ਦੀ ਮਿਲਦੀ ਹੈ ਇਕੱਲੇ ਮੈਂਬਰ ਦੀ ਸਾਰਿਆਂ ਦੀ ਸਾਰੀ ਸੰਗਤ ਦੀ ਇਹ ਹੈਗੀ ਆ ਸਾਰੇ ਦੇ ਸਾਂਝੇ ਗੁਰੂ ਨੇ ਜਗਤ ਮਹਾਰਾਜ ਅਤੇ ਸਭ ਦੀ ਸਾਡੀ ਇਹ ਡਿਊਟੀ ਬਣਦੀ ਹੈ ਕਿ ਸਾਰੇ ਅਸੀਂ ਨਿਗਰਾਨੀ ਜ਼ਿੰਮੇਵਾਰੀ ਦਿੱਤੀ ਹੈ।